ਇੱਕ ਦਿਵਿਆਂਗ ਈ ਰਿਕਸ਼ਾ ਚਾਲਕ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸ ਦਈਏ ਕਿ ਇੱਕ ਵਿਅਕਤੀ ਸਵਾਰੀ ਬਣ ਕੇ ਉਸਦੇ ਕੋਲ ਆਉਂਦਾ ਤੇ 250 ਰੁਪਏ ਦੇ ਵਿੱਚ ਈ ਰਿਕਸ਼ਾ ਕਰਕੇ ਆਪਣੇ ਨਾਲ ਜਦੋਂ ਲੈ ਕੇ ਜਾ ਰਿਹਾ ਹੁੰਦਾ ਤਾਂ ਨਹਿਰ ਦੇ ਉੱਪਰ ਪਹੁੰਚਣ ਤੇ ਈ ਰਿਕਸ਼ਾ ਚਾਲਕ ਨੂੰ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੰਦਾ ਤੇ ਜਦੋਂ ਈ ਰਿਕਸ਼ਾ ਚਾਲਕ ਆਪਣੇ ਘਰ ਨਹੀਂ ਪਹੁੰਚਦਾ ਤਾਂ ਈ ਰਿਕਸ਼ਾ ਚਾਲਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਨਾਲ ਹੀ ਖੁਦ ਵੀ ਉਹ ਆਪਣੇ ਜੀ ਦੀ ਭਾਲ ਦੇ ਵਿੱਚ ਘਰੋਂ ਨਿਕਲਦੇ ਨੇ ਤਾਂ ਰਾਹ ਦੇ ਵਿੱਚ ਉਹਨਾਂ ਨੂੰ ਈ ਰਿਕਸ਼ਾ ਦਿਖਦਾ ਅਤੇ ਜਿਸ ਵਿਅਕਤੀ ਨੇ ਉਸਨੂੰ ਧੱਕਾ ਮਾਰ ਕੇ ਨਹਿਰ 'ਚ ਸੁੱਟਿਆ ਹੁੰਦਾ ਉਹ ਵੀ ਈ ਰਿਕਸ਼ੇ ਦੇ ਆਲੇ ਦੁਆਲੇ ਘੁੰਮਦਾ ਦਿਖਾਈ ਦਿੰਦਾ। ਮੌਕੇ ਦੇ ਉੱਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸਨੂੰ ਕਾਬੂ ਕਰ ਲਿਆ ਜਾਂਦਾ, ਪੁਲਿਸ ਨੂੰ ਬੁਲਾਇਆ ਜਾਂਦਾ। ਪੁਲਿਸ ਜਦੋਂ ਸਖ਼ਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਕਿਹਾ ਜਾ ਰਿਹਾ ਕਿ ਉਸ ਵਿਅਕਤੀ ਨੇ ਕਿਹਾ ਕਿ ਉਸਨੇ ਈ ਰਿਕਸ਼ਾ ਚਾਲਕ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਸੁੱਟ ਦਿੱਤਾ। ਤਾਂ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਵੀ ਹੁਣ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਜੋ ਈ ਰਿਕਸ਼ਾ ਚਾਲਕ ਸੀ ਉਹ ਦਿਵਿਆਂਗ ਸੀ ਅਤੇ ਕਿਸ਼ਤਾਂ ਦੇ ਉੱਤੇ ਉਸਨੇ ਈ ਰਿਕਸ਼ਾ ਲਿਆ ਹੋਇਆ ਸੀ ਤੇ ਕੜੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਪਰ ਇੰਨੇ ਦੇ ਵਿੱਚ ਇੱਕ ਸਵਾਰੀ ਬਣ ਕੇ ਵਿਅਕਤੀ ਉਸ ਕੋਲ ਆਉਂਦਾ ਤੇ 250 ਰੁਪਏ ਦਾ ਲਾਲਚ ਦੇ ਕੇ ਉਸਨੂੰ ਆਪਣੇ ਨਾਲ ਲੈ ਜਾਂਦਾ ਤੇ ਜਿਵੇਂ ਨਹਿਰ ਦੇ ਉੱਤੇ ਪਹੁੰਚਦੇ ਨੇ ਉੱਥੇ ਧੱਕਾ ਦੇ ਕੇ ਈ ਰਿਕਸ਼ਾ ਚਾਲਕ ਨੂੰ ਨਹਿਰ 'ਚ ਸੁੱਟ ਦਿੰਦਾ ਤੇ ਈ ਰਿਕਸ਼ਾ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਦੂਜੇ ਪਾਸੇ ਪਰਿਵਾਰਕ ਮੈਂਬਰ ਜਦੋਂ ਆਪਣੀ ਜੀ ਦੀ ਭਾਲ ਦੇ ਵਿੱਚ ਨਿਕਲਦੇ ਨੇ ਤਾਂ ਉਦੋਂ ਮੌਕੇ ਦੇ ਉੱਤੇ ਹੀ ਈ ਰਿਕਸ਼ਾ ਅਤੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਦੱਸ ਦਈਏ ਕਿ ਜੋ ਈ ਰਿਕਸ਼ਾ ਚਾਲਕ ਹੈ ਆਪਣੇ ਪਿੱਛੇ ਮਾਂ, ਪਤਨੀ ਅਤੇ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ। ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਪਹਿਲਾਂ ਦੋ ਜਣੇ ਸਾਡੇ ਘਰ ਆਏ ਆ, ਸਰਦਾਰ ਜੇ ਆਏ ਆ ਤੇ ਅਗਲੇ ਦਿਨ ਨਾ ਕਿ ਉਹ 7 ਵਜੇ ਨਾਲ ਕੰਮ ਤੇ ਚਲ ਗਿਆ ਆ। ਮਤਲਬ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ। ਆਪਾਂ ਡੀਕਦੇ ਰਹੇ ਸਾਰੀ ਦੁਪਹਿਰ, ਆਇਆ ਨਹੀਂ, ਸ਼ਾਮੀ ਵੀ ਡੀਕਦੇ ਰਹੇ ਚਲ ਆ ਜਾਏਗਾ, ਕਿਤੇ ਦੂਰ ਗੇੜਾ ਲੈ ਕੇ ਗਿਆ ਆ। ਘਰ ਆਇਆ ਨਹੀਂ, ਅਗਲੇ ਦਿਨ ਅਸੀਂ ਫਿਰ ਡੀਕਦੇ ਰਹੇ ਚਲ 10-11 ਵਜੇ ਆ ਜਾਏਗਾ, ਫਿਰ ਨਹੀਂ ਆਇਆ। ਅਸੀਂ ਫਿਰ ਰਿਪੋਰਟ ਲਿਖਾਉਣ ਗਏ ਚੁੰਗੀ 'ਤੇ, ਨਾ ਕਿ ਉੱਥੇ ਰਿਪੋਰਟ ਲਿਖਾ ਕੇ ਫਿਰ ਵੀ ਆਪਾਂ ਲੱਭਦੇ ਰਹੇ, ਨਾ ਕਿ ਧੁੱਪ ਸੜੀ ਵੱਲ ਗਏ ਹਾਂ। ਉੱਧਰੋਂ ਲੱਭਦੇ ਲੱਭਦੇ ਸਾਨੂੰ ਨਾ ਪੈਟਰੋਲ ਪੰਪ ਲੱਭਾ ਉੱਥੇ, ਸਾਡਾ ਉਹੀ ਸਰਦਾਰ ਭਾਈ ਨਾ ਕਿ ਨਾ ਸਾਡੇ ਆਟੋ ਦੇ ਆਲੇ ਦੁਆਲੇ ਘੁੰਮਣ ਦਿਆ, ਅਸੀਂ ਆਟੋ ਪਛਾਣ ਲਿਆ। ਉਹ ਫਿਰ ਨਾ ਕਿ ਉਹ ਉਹਨਾਂ ਨੂੰ ਕਿਹਾ ਸਾਡਾ ਆਟੋ ਆ। ਜਦੋਂ ਅਸੀਂ ਆਟੋ ਦੇ ਲਾਗੇ ਪਹੁੰਚੇ ਉੱਥੇ ਸਾਰਾ ਕੁਛ ਬੈਟਰੀਆਂ ਵਗੈਰਾ ਸਾਰਾ ਕੁਛ ਕੱਢ ਲਿਆ ਦਾ ਸੀ ਉਹਨਾਂ ਨੇ। ਫਿਰ ਅਸੀਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ, ਘਰ ਵਾਲਿਆਂ ਨੂੰ ਕੀਤਾ, ਉਹਨਾਂ ਨੇ ਆਏ ਆ। ਫਿਰ ਅਸੀਂ ਚੁੰਗੀ 'ਤੇ ਫਿਰ ਗਏ ਹਾਂ ਸਾਰੇ ਜਣੇ। ਫਿਰ ਉਹਨਾਂ ਨੇ ਦੱਸਿਆ, ਬਾਪੂ ਨੇ ਅਤੇ ਮੇਰੇ ਜਵਾਈ ਨੇ ਸਾਰਾ ਕੁਛ ਇਹ ਕੀਤਾ ਆ। ਫਿਰ ਉਹ ਜਿਹੜਾ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ, ਫਿਰ ਰਾਤ ਮੰਨਿਆ ਜਾ ਕੇ, ਅਤੇ ਮੈਂ ਇੱਦਾਂ ਇੱਦਾਂ ਉਹਨੂੰ ਪੈਸੇ ਦਾ ਲਾਲਚ ਦੇ ਕੇ ਨਾ ਅਤੇ 250 'ਚ ਅਤੇ ਮੈਂ ਉਹ ਪਿੰਡ 'ਚ ਲੈ ਗਿਆ ਆ, ਨਹਿਰ ਦੇ ਕੰਢੇ ਜਾ ਕੇ, ਅਤੇ ਉਹਨੂੰ ਮੈਂ ਧੱਕਾ ਮਾਰਤਾ ਆ। ਕਿੱਦਣ ਦੀ ਗੱਲ ਆ, ਕਿੱਦਣ ਦੇ ਘਰੋਂ ਗਏ? ਘਰੋਂ ਪਰਸੋਂ ਦੇ ਘੇਰਦੇ ਆ, ਸ਼ਨੀਵਾਰ ਘੇਰਦੇ ਆ, ਅਤੇ ਕੱਲ੍ਹ ਦੀ ਗੱਲ ਆ ਨਾ ਕੀ ਹੈ। ਰੰਜਿਸ਼ ਹੀ ਉਹਨਾਂ ਦੀ ਕਿਵੇਂ? ਨਹੀਂ ਸਰ, ਕੀ ਚਾਹੁੰਦੇ? ਇਨਸਾਫ ਦਿਓ, ਨਿੱਕੇ ਨਿੱਕੇ ਮੇਰੇ ਬੱਚੇ ਆ, ਸਾਡੇ ਕਿਸੇ ਨਾਲ ਮਾੜੀ ਨਹੀਂ, ਅਸੀਂ ਚੰਗੀ ਨਹੀਂ ਕੀਤੀ, ਆਪਣੀ ਮਿਹਨਤ ਕਰਕੇ ਖਾਣ ਦੇ ਦੇ। ਕਿੰਨੇ ਬੱਚੇ ਤੁਹਾਡੇ? ਦੋ ਬੇਟੇ, ਦੋ ਬੱਚੇ, ਇੱਕ ਬੇਟੀ ਇੱਕ ਬੇਟਾ। ਕਿੰਨੀ ਕਿੰਨੀ ਉਮਰ? ਇੱਕ ਦੀ 13 ਸਾਲ ਆ, ਇੱਕ 10 ਸਾਲ ਦਾ ਆ। ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਿਹੜਾ ਲੱਤੋਂ ਕਮਜ਼ੋਰ ਸੀ ਅਤੇ ਟੈਂਪੋ ਈ ਰਸਕਾ ਚਲਾਉਣ ਦਾ ਕੰਮ ਕਰਦਾ ਸੀ। ਇਹਨਾਂ ਦਾ ਮੈਨੂੰ ਪਰਸੋਂ ਜਿਹੜਾ ਭਰਾ ਜਿਹੜਾ ਅਜੀਤਪਾਲ, ਉਹਨੇ ਕੱਲ੍ਹ ਮੇਰੇ ਨਾਲ ਗੱਲ ਕੀਤੀ ਆ ਕਿ ਮੇਰਾ ਭਰਾ ਜਿਹੜਾ ਵਾ ਇਹ ਕੱਲ੍ਹ ਦਾ ਪਰਸੋਂ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਅਤੇ ਘਰ ਵਾਪਸ ਨਹੀਂ ਆਇਆ ਹੈਗਾ ਰਾਤ ਵੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੌਂਕੀ 'ਚ ਤਲਾਹ ਕਰ ਦਿਓ
ਗੁੰਮ ਸ਼ਬਦੀ ਦੀ ਰਿਪੋਰਟ ਕਰ ਵੀ ਸਾਡਾ ਬੰਦਾ ਘਰ ਨਹੀਂ ਵਾਪਸ ਆਇਆ। ਉਹ ਚੌਂਕੀ ਜਾ ਕੇ ਉਹਨਾਂ ਲਿਖਾਇਆ ਕਿ ਸਾਡਾ ਜੀ ਮੇਰਾ ਭਰਾ ਪਰਸੋਂ 15 ਤਰੀਕ ਦਾ ਘਰ ਗਿਆ ਹੈਗਾ, ਘਰ ਵਾਪਸ ਨਹੀਂ ਆਇਆ ਹੈਗਾ। ਉੱਥੇ ਰਿਪੋਰਟ ਲਿਖਾ ਕੇ ਐਪਲੀਕੇਸ਼ਨ ਲਿਖਾ ਕੇ ਇਹਨਾਂ ਨਾਲ ਬਾਅਦ 'ਚ ਦੇਖਭਾਲ ਕਰਨ ਲੱਗ ਪਏ, ਇਹਨਾਂ ਸਾਰੇ ਪੁੱਛਗਿੱਛ ਕਰਨ ਵਾਸਤੇ ਗਏ ਹੋਏ ਨੇ। ਇਹਨਾਂ ਨੂੰ ਧੁੱਪ ਸੜੀ ਪੈਟਰੋਲ ਪੰਪ 'ਤੇ ਆਪਣਾ ਜਿਹੜਾ ਵਾ ਕੀ ਰਸਕਾ ਉਹ ਦੇਖ ਲਿਆ ਵਾ। ਉਹਦੇ ਲਾਗੇ ਕੋਈ ਬਜ਼ੁਰਗ ਸੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ, ਇਹਨਾਂ ਨਾਲ ਉਹ ਬਜ਼ੁਰਗ ਨੂੰ ਪਹਿਚਾਣ ਲਿਆ ਸੀ। ਉਹ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਕਾਬੂ ਕਰ ਲਿਆ, ਨਾਲ ਹੀ ਉਹ ਈ ਰਸਕਾ ਫੜ ਲਿਆ ਆਪਣਾ ਕਿ ਇਹ ਈ ਰਸਕਾ ਤਾਂ ਸਾਡਾ ਵਾ। ਉਹਨਾਂ ਮੈਨੂੰ ਉਹਨਾਂ ਨੇ ਇੰਚਾਰਜ ਨੂੰ ਫੋਨ ਕੀਤਾ ਕਿ ਭਾਅ ਜੀ ਇਹ ਬੰਦਾ ਫੜਿਆ ਵਾ, ਨਾਲ ਸਾਡਾ ਈ ਰਸਕਾ ਵੀ ਇੱਥੇ ਮਿਲ ਗਿਆ। ਚੌਂਕੀ ਇੰਚਾਰਜ ਸੁਖਰਾਜ ਸਿੰਘ ਜਿਹੜੇ ਨਾ ਸਿੰਬਲ ਚੌਂਕੀ ਲਈ, ਉਹ ਉਹਨਾਂ ਨਾਲ ਗਿਆ ਆਪਣੀ ਪੁਲਿਸ ਪਾਰਟੀ ਨਾਲ। ਉਹਨਾਂ ਆਪਣਾ ਬੰਦਾ ਫੜ ਕੇ ਤਾਂ ਚੌਂਕੀ ਲਿਆ ਕੇ ਬਿਠਾ ਲਿਆ। ਉਹਨੇ ਦੱਸਿਆ ਕਿ ਇਹ ਮੇਰਾ ਈ ਰਸਕਾ ਨਹੀਂ ਹੈਗਾ, ਇਹ ਮੇਰਾ ਪਹਿਲਾਂ ਮੇਰਾ ਈ ਰਸਕਾ ਮੇਰਾ ਪਹਿਲਾਂ ਚੋਰੀ ਹੋ ਚੁੱਕਿਆ ਅਤੇ ਇਹ ਮੇਰੇ ਜਵਾਈ ਦਾ ਕੰਮ ਹੈ, ਕਿਉਂਕਿ ਜਵਾਈ ਮੇਰੇ ਨਾ ਮੇਰਾ ਪਹਿਲਾਂ ਵੀ ਰਸਕਾ ਵੇਚਿਆ ਅਤੇ ਉਹ ਉਹਨਾਂ ਸਿੰਬਲ ਚੌਂਕੀ 'ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ। ਅਤੇ ਉਹਨਾਂ ਨਾਲ ਬਾਅਦ 'ਚ ਉਹਨੂੰ ਜਰਮਨਜੀਤ ਜਿਹੜਾ ਉਹਦਾ ਜਵਾਈ ਸੀ, ਪੁਲਿਸ ਨੇ ਉਹਨੂੰ ਬੁਲਾਇਆ, ਉਹਦੇ ਉਹਨੂੰ ਜਾ ਕੇ ਫੜ ਕੇ ਲਿਆਂਦਾ ਘਰੋਂ। ਅਤੇ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਸੀ ਨਾ, ਪੁਲਿਸ ਨੇ ਆਪਣੀ ਤਾਰ ਨਾਲ ਪੁੱਛਿਆ ਤਾਂ ਫਿਰ ਉਹਨਾਂ ਦੱਸਿਆ ਕਿ ਮੈਂ ਜਿਹੜਾ 250 ਰੁਪਏ ਵਿੱਚ ਆਪਣੇ ਨੂੰ ਕਰਾ ਕੇ ਖੜਿਆ ਸੀ, ਕਿਉਂਕਿ ਇਹ ਆਉਂਦਾ ਡੇਲੀ ਕੈਂਪ ਦੇ ਵਿੱਚ ਸੀ ਅਤੇ ਉਹਨੂੰ ਜਾਂ ਪਛਾਣ ਲਈ ਉਹਨੇ ਪਹਿਲਾਂ ਹੀ ਕਿਤੇ ਲਾਈ ਦੀ ਸੀ ਤਾਰ ਲਾਈ ਦੀ ਸੀ ਕਿ ਲੱਤੂ ਕਮਜ਼ੋਰ ਹੈ ਅਤੇ ਮੈਂ ਇਹਦਾ ਵੀ ਰਸਕਾ ਖੋਣਾ ਮੈਂ। ਉਹਨੇ ਬੱਸ ਸਟੈਂਡ ਜਾ ਕੇ ਅਤੇ ਉਹਨੂੰ ਕੋਈ ਈ ਰਸਕਾ ਕਰਾ ਕੇ 250 ਰੁਪਏ 'ਚ ਉਹਨੂੰ ਲੈ ਗਿਆ ਕਿ ਮੈਂ ਲੋਹ ਚੱਪ ਜਿਹੜਾ ਇਹਨਾਂ ਨੂੰ ਲਿਆਉਣਾ ਵਾ, ਸਮਾਨ ਲਿਆਉਣਾ ਕੋਈ। ਉਹਦੇ ਨਾਲ ਚੱਲ ਗਿਆ ਤਾਂ ਉੱਥੋਂ ਲੋਹ ਚੱਪ ਵਾਲੀ ਨਹਿਰ 'ਤੇ ਜਾ ਕੇ ਅਤੇ ਉਹਨੇ ਈ ਰਸਕਾ ਖੋ ਕੇ ਅਤੇ ਉਹਨੂੰ ਨਹਿਰ 'ਚ ਧੱਕਾ ਦੇ। ਅਸੀਂ ਬਾਅਦ ਰਾਤੀ ਸ਼ੇਖਵਾਂ ਥਾਣੇ 'ਚ ਉਹਨਾਂ ਦੇ ਨਾਂ ਦਾ ਜਿਹੜੀ ਪਰਚਾ ਦਰਜ ਕਰਾਇਆ। ਅਸੀਂ ਅੱਗੋਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਾਂਗੇ ਕਿ ਬਾਤਰ ਮਹਾਤਰ ਗਰੀਬ ਨੇ, ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਹੋ ਸਕਦੀ ਹੈ ਨਾ ਕਰਨ, ਇਹਨਾਂ ਨੂੰ ਸਾਫ ਜੋ ਬੰਦਾ ਪਾਬੰਦੀ ਲਾਸ਼ ਬਰਾਮਦ ਕੀਤੀ ਜਾਵੇ। ਹਜੇ ਤੱਕ ਲਾਸ਼ ਨਹੀਂ ਮਿਲੀ ਜੀ, ਮੁੰਡੇ ਵੀ ਸਾਡੇ ਸਵੇਰ ਦੇ ਗਏ ਹੋਏ ਨੇ ਉਹ।